ਸਾਡੀ ਨੌਕਰੀ ਤੇ ਸਿੱਧਾ ਅਟੈਕ ਕਰਦੀ ਪਈ ਆ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਸਾਡੀ ਜਿਹੜੀ ਨੌਕਰੀ ਤੇ ਅਟੈਕ ਨਾ ਕੀਤਾ ਜਾਏ ਸਾਡੀਆਂ ਵਰਕਰਾਂ ਜਿਹੜੀਆਂ ਹੈਲਪਰਾਂ ਨੇ ਉਹ ਪੜ੍ਹੀਆਂ ਲਿਖੀਆਂ ਨੇ ਸਰਕਾਰ ਨੇ ਆਪਣੇ ਹੀ ਇੱਥੇ ਆਪਾਂ ਤੇ ਇਹੀ ਸੁਣਿਆ ਸੁਣਨ ਵਿੱਚ ਇਹੀ ਆਇਆ ਕਿ ਸਰਕਾਰ ਨੇ ਇੱਥੇ ਆਪਣੇ ਬੰਦੇ ਰਖਾਣੇ ਆ ਤਾਂ ਕਰਕੇ ਸਾਡੇ ਨਾਲ ਇਦਾਂ ਕਰਦੇ ਪਏ ਸਾਡੇ ਨਾਲ ਧੱਕਾ ਕਰਦੇ ਪਏ ਆ ਅਸੀਂ ਆਪਣੇ ਹੱਕਾਂ ਲਈ ਸੜਕਾਂ ਤੇ ਅੱਜ ਆ ਗਏ ਆ ਰੋਸ ਮਾਰਚ ਕਰਾਂਗੇ ਸਾਰੇ ਸ਼ਹਿਰ ਦੇ ਵਿੱਚ ਜਲੂਸ ਕੱਢਾਂਗੇ ਅਰਨਾ ਚੌਧਰੀ ਦਾ ਹਰ ਆਪਾਂ ਸਾਡੀ ਮਲੇਰਕੋਟਲੇ ਰੈਲੀ ਹੋਈ ਆ ਹਰ ਜਗ੍ਹਾ ਤੇ ਰੈਲੀ ਹੋਈ ਆ ਕੱਲ ਮੁਹਾਲੀ ਸੀਗੀ ਰੈਲੀ ਆਪਾਂ ਸਾਰਿਆਂ ਨੂੰ ਕਹਿ ਰਹੇ ਹਾਂ ਸਾਰੇ ਮੰਤਰੀਆਂ ਨੂੰ ਕਹਿ ਰਹੇ ਹਾਂ ਐਜੂਕੇਸ਼ਨ ਡਿਪਾਰਟਮੈਂਟ ਨੂੰ ਕਹਿ ਰਹੇ ਹਾਂ ਸਾਡੇ ਡਿਪਾਰਟਮੈਂਟ ਨੂੰ ਤਾਂ ਇਹਦੀ ਖਬਰ ਵੀ ਨਹੀਂ ਹੈਗੀ ਕਿ ਕੀ ਕਰ ਰਹੇ ਉਹ ਆਪਣੀ ਮਰਜ਼ੀ ਨਾਲ ਹੀ ਸਾਰੇ ਮੁੱਦੇ ਚੁੱਕਦੇ ਆ ਔਰ ਆਪਣੀ ਮਰਜ਼ੀ ਨਾਲ ਹੀ ਕਹਿ ਰਹੇ ਆ ਕਿ ਆਪਾਂ ਇੱਥੇ ਆਂਗਨਵਾੜੀ ਵਰਕਰਾਂ ਬੈਠਣਗੀਆਂ ਤੇ ਬਾਕੀ ਇੱਥੇ ਜਿਹੜੇ ਦੂਸਰੇ ਟੀਚਰ ਆ ਕੇ ਪੜ੍ਹਾਉਣਗੇ ਕਿਉਂ ਪੜ੍ਹਾਉਣਗੇ ਦੂਸਰੇ ਟੀਚਰ ਆ ਕੇ ਸਾਡੀਆਂ ਵਰਕਰਾਂ ਕੋਈ ਅਨਪੜ੍ਹ ਨੇ ਜਿਹੜੀਆਂ ਉਹ ਬੱਚਿਆਂ ਨੂੰ